ਕੀਤਾ ਜਾਵੇ ਕੰਮ ਕਰਾਂਗੇ ਕਿ ਇੱਕ ਪਿੰਡ ਵੱਡਾ ਸਵਾਲ ਇਹ ਹੈ, ਇਹਨਾਂ ਦੀ ਤਾਂ ਡਿਮਾਂਡ ਇਹ ਹੋਰ ਹੈ, ਜਿਹੜੇ ਕੋਲ ਐਜੂਕੇਸ਼ਨ ਡਿਪਾਰਟਮੈਂਟ ਹੋਰ ਹੈ, ਸੋਸ਼ਲ ਜਸਟਿਸ ਡਿਪਾਰਟਮੈਂਟ ਹੋਰ ਹੈ, ਇਹ ਸੋਸ਼ਲ ਜਸਟਿਸ ਮਿਨਿਸਟਰੀ ਦੇ ਥੱਲੇ ਆਉਂਦੇ ਨੇ, ਉਹਦੀ ਰਜ਼ੀਆ ਸੁਲਤਾਨਾ ਜਿਹੜੀ ਇੰਚਾਰਜ ਹੈ। ਇਹਨਾਂ ਦਾ ਇਸ਼ੂ ਤਾਂ ਸਿਰਫ ਆਪਣਾ ਰੈਗੂਲਰ ਸਰਵਿਸ ਦਾ ਜਾਂ ਤਨਖਾਹਾਂ ਦਾ ਮਸਲਾ ਹੈ, ਇਹ ਐਜੂਕੇਸ਼ਨ ਦਾ ਮਸਲਾ ਹੋਰ ਮਸਲਾ ਹੈ। ਇਹ ਗੌਰਮੈਂਟ ਨੇ ਪਤਾ ਨਹੀਂ ਉਹਨਾਂ ਦੀ ਕੀ ਸੋਚ ਹੈ ਕੀ ਨਹੀਂ ਸੋਚਦੇ। ਇਹ ਠੀਕ ਹੈ, ਪ੍ਰੀ ਨਰਸਰੀ ਦੇ ਬੱਚਿਆਂ ਨੂੰ, ਇਹ ਛੋਟੇ ਛੋਟੇ ਬੱਚਿਆਂ ਨੂੰ ਕਰੋਪ ਅਪ ਕਰਦੇ ਨੇ, ਉਹਨਾਂ ਨੂੰ ਇਹ ਕੰਮ ਐਟੀਕੇਟ, ਉਹਨਾਂ ਨੂੰ ਬੈਠਣਾ ਉੱਠਣਾ ਸਿਖਾਉਣਾ, ਇਹ ਤਿਆਰ ਕਰਦੇ ਨੇ ਤਾਂ ਕਿ ਉਹ ਬੈਟਰ ਲਾਈਫ 'ਚ ਜਾਣ, ਉਹ ਇਹਨਾਂ ਦਾ ਕੰਮ ਹੈ। ਪਰ ਜਿੱਥੋਂ ਤੱਕ ਇਹਨਾਂ ਦੀਆਂ ਡਿਮਾਂਡ ਦਾ ਸਵਾਲ ਹੈ, ਇਹਨਾਂ ਨੂੰ ਰੈਗੂਲਰ ਕਰਨ, ਜੋ ਬੇਸਿਕ ਪੇ ਹੁੰਦੀ ਆ ਉਹ ਇਹਨਾਂ ਨੂੰ ਮਿਲਣ, ਫਿਕਸ ਕਰਨ, ਠੀਕ ਹੈ ਨਹੀਂ। ਔਰ ਉਹਦੇ ਲਈ ਮੈਂ ਵੀ ਇਹਨਾਂ ਦੀ ਮਦਦ ਕਰਾਂਗਾ। ਮੈਂ ਰਾਜ ਸਭਾ 'ਚ ਪਿਛਲੇ ਸੈਸ਼ਨ 'ਚ ਵੀ ਅਸੀਂ ਇਹਨਾਂ ਦੀ ਇਸ਼ੂ ਟੇਕਅਪ ਕੀਤਾ, ਔਰ ਹੁਣ 15 ਦਸੰਬਰ ਨੂੰ ਸੈਸ਼ਨ ਦਿੱਲੀ ਹੋਏਗਾ, ਉਹਦੇ 'ਚ ਵੀ ਇਹ ਮੈਂ ਚਾਹੇ 0 ਆਵਰ 'ਚ ਟੇਕਅਪ ਕਰਾਂ, ਚਾਹੇ ਕੁਐਸਚਨ ਦੇਵਾਂ, ਇਹ ਉੱਥੇ ਟੇਕਅਪ ਕਰਾਂਗੇ। ਅਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਆਪਣੇ ਵੱਲੋਂ ਲਿਖੂੰਗਾ, ਔਰ ਉਹਨਾਂ ਨੂੰ ਜਦੋਂ ਸਾਡੀ ਉਹਨਾਂ ਨਾਲ ਕੋਈ ਮੀਟਿੰਗ ਹੋਈ ਉਦੋਂ ਵੀ ਇਹ ਟੇਕਅਪ ਕਰੂੰਗਾ, ਉਹਨਾਂ ਨਾਲ ਇਹਨਾਂ ਦਾ ਮਸਲਾ ਉੱਥੇ ਲਵਾਂਗੇ। ਕਿਉਂਕਿ ਦੇਖੋ ਇਹ ਵੀਕਲ ਸੈਕਸ਼ਨ 'ਚੋਂ ਆਂਗਣਵਾੜੀ 'ਚ ਕੌਣ ਭਰਤੀ ਹੁੰਦਾ, ਇਹਨਾਂ ਕੋਲ ਕਿਹੜਾ ਜ਼ਮੀਨਾਂ ਜਾਇਦਾਦਾਂ ਨੇ, ਕਿੰਨੇ ਕੁ ਅਮੀਰ ਨੇ, ਜੇ ਹੋ ਕਿਸੇ ਹੋਊਗਾ ਤਾਂ 1 ਕਿੱਲੇ 2 ਕਿੱਲੇ ਵਾਲੇ। ਇਹ ਆਮ ਭੈਣਾਂ ਜਿਹੜੀਆਂ ਬੀਬੀਆਂ ਆਈਆਂ ਨੇ, ਇਹ ਆਮ ਗਰੀਬ ਮੀਡੀਓਕਰ ਫੈਮਿਲੀ 'ਚੋਂ ਨੇ, ਇਹ ਅਮੀਰਾਂ 'ਚੋਂ ਨਹੀਂ ਹੈ। ਇਹਨਾਂ ਦਾ ਦਰਦ ਸਮਝਣਾ ਚਾਹੀਦਾ ਸਾਡੀ ਸਰਕਾਰ ਨੂੰ ਵੀ ਗਰੀਬਾਂ ਦਾ ਦਰਦ ਕੀ ਹੈ, ਰੁਜ਼ਗਾਰ ਦਾ ਮਸਲਾ ਹੈ। 6,000-8,000 ਰੁਪਏ ਨਾ ਪਿੰਡੋਂ ਚੱਲ ਕੇ ਸਾਰੀ ਦਿਹਾੜੀ ਘਰ ਬਾਰ ਛੱਡ ਕੇ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ। ਮੈਂ ਅੱਗੇ ਵੀ ਇਹ ਟੇਕਅਪ ਕਰਦਾ ਰਿਹਾ, ਜਦੋਂ ਕਮਲ ਗੁਰਕਮਲ ਮਿਨਿਸਟਰ ਸੀ ਉਹਨੂੰ ਵੀ ਟੇਕਅਪ ਕੀਤਾ ਸੀ, ਉਦੋਂ ਵੀ ਅਫਸੋਸ ਹੈ ਕਿ ਸਾਡੀ ਰਿਕਮੈਂਡੇਸ਼ਨ ਜਿਹੜੀ ਸੀ ਨਹੀਂ ਮੰਨੀ ਗਈ ਸੀ। ਮੈਂ ਆਪਣੀ ਸਰਕਾਰ ਨੂੰ ਵੀ ਉਦੋਂ ਕਿਹਾ ਸੀ, ਐਜ ਪ੍ਰੈਜੀਡੈਂਟ, ਉਦੋਂ ਵੀ ਨਹੀਂ ਗੌਰ ਕੀਤੀ ਗਈ। ਪਰ ਹੁਣ ਵੀ ਮੈਂ ਬੇਨਤੀ ਕਰਾਂਗਾ ਮੁੱਖ ਮੰਤਰੀ ਸਾਹਿਬ ਨੂੰ ਵੀ, ਪੰਜਾਬ ਸਰਕਾਰ ਨੂੰ, ਉਹ ਆਪਣੇ ਵੱਲੋਂ ਵੀ, ਔਰ ਜਦੋਂ ਵੀ ਮੈਂ ਤਾਂ ਇਹਨਾਂ ਨੂੰ ਹੁਣ ਇੰਸ਼ੋਰੈਂਸ ਦਵਾਈ ਹੈ, ਜਿੱਥੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜ੍ਹਾ, ਕਿਉਂਕਿ ਅਸੀਂ ਤਾਂ ਗਰੀਬਾਂ ਦੇ ਹੈ, ਸਾਨੂੰ ਪਤਾ ਗਰੀਬੀ ਕੀ ਹੁੰਦੀ ਹੈ।
ਗਰੀਬਾਂ 'ਚੋਂ ਅਸੀਂ ਉੱਠ ਕੇ ਇੱਥੇ ਪਹੁੰਚੇ ਹਾਂ। ਗਰੀਬੀ ਦਾ ਪਤਾ ਅਮੀਰ ਜਿਹੜੇ ਬੜੇ ਲੋਕ ਨੇ ਉਹਨਾਂ ਨੂੰ ਗਰੀਬਾਂ ਦੇ ਦਰਦ ਦਾ ਨਹੀਂ ਪਤਾ। ਉਹਨਾਂ ਨੂੰ ਚਾਹੀਦਾ ਕਿ ਗਰੀਬਾਂ ਦੇ ਦਰਦ ਨੂੰ ਸਮਝਣ, ਇਹਨਾਂ ਨੂੰ ਰੈਗੂਲਰ ਦੇਣ। ਫਾਈਨੈਂਸ਼ੀਅਲ ਇਸ਼ੂ ਹੋਰ ਹੁੰਦਾ, ਬੜੇ ਬੜੇ ਅਫਸਰਾਂ ਦੀਆਂ ਤਨਖਾਹਾਂ ਵੱਧਦੀਆਂ ਜਾ ਰਹੀਆਂ, ਉਹਨਾਂ ਦੀਆਂ ਤਨਖਾਹਾਂ ਛੋਟੇ ਮੁਲਾਜ਼ਮਾਂ ਨੂੰ ਮਾਰ ਰਹੇ ਨੇ। ਔਰ ਠੇਕੇਦਾਰੀ ਸਿਸਟਮ ਦੇ ਵੀ ਖਿਲਾਫ ਹੈ ਮੈਂ, ਜਿਹੜੀ ਸਰਕਾਰਾਂ ਦੇ ਵਿੱਚ ਠੇਕੇਦਾਰੀ ਸਿਸਟਮ ਹੈ ਇਹ ਵੀ ਬੰਦ ਹੋਣਾ ਚਾਹੀਦਾ, ਰੈਗੂਲਰ ਭਰਤੀ ਹੋਣੀ ਚਾਹੀਦੀ ਹੈ। ਅਸੀਂ ਜਿਹੜੀ ਸਾਡੀ 20 ਤਰੀਕ ਨੂੰ ਜਿਹੜੀ ਕੈਬਨਿਟ ਦੇ ਵਿੱਚ ਫੈਸਲਾ ਹੋਇਆ, ਸਾਡੀ ਲੜਾਈ ਜਿਹੜੀ ਹੈ ਰੈਗੂਲਰ ਦੀ ਨਹੀਂ ਹੈ, ਸਾਡੀ ਲੜਾਈ ਹੈ ਪ੍ਰੀ ਐਜੂਕੇਸ਼ਨ। ਅਸੀਂ ਜਿਹੜੀ ਪ੍ਰੀ ਐਜੂਕੇਸ਼ਨ ਹੈ ਸਾਡੀ 2 ਅਕਤੂਬਰ 1975 ਸਾਡੀ ਸਕੀਮ ਚੱਲੀ ਹੈ, ਉਹਦੇ 'ਚ ਇੱਕ ਪ੍ਰੀ ਜਿਹੜੀ ਹੈ ਐਜੂਕੇਸ਼ਨ ਉਹ ਸਾਡਾ ਇੱਕ ਪਾਰਟ ਹੈ। ਅਸੀਂ 6 ਸਵਾਵਾਂ ਦਾ ਕੰਮ ਕਰਦੇ ਹਾਂ ਅਤੇ ਉਹਦੇ ਨਾਲ ਸਾਡੀਆਂ ਕੁੜੀਆਂ ਜਿਹੜੀਆਂ ਤਜਰਬੇ ਯੋਗ ਹੈ, ਜਿਹੜਾ ਐਟ ਏ ਟਾਈਮ ਇਹਨਾਂ ਨੇ ਫੈਸਲਾ ਕੀਤਾ ਹੈ ਮੁੱਖ ਮੰਤਰੀ ਸਾਹਿਬ ਨੇ, ਪਹਿਲਾਂ ਤਾਂ ਇਹ ਭਰੋਸਾ ਦਿੱਤਾ ਸੀ ਵੀ ਆਂਗਣਵਾੜੀ ਵਰਕਰਾਂ ਦਾ ਮੈਂ ਪਹਿਲ, ਸਰਕਾਰ ਬਣਨ ਤੋਂ ਪਹਿਲਾਂ ਵੀ ਆਂਗਣਵਾੜੀ ਵਰਕਰਾਂ ਦਾ ਮੈਂ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਜਿਹੜਾ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰੂੰਗਾ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ 2 ਮਹੀਨੇ ਹੋ ਗਏ ਸਾਨੂੰ ਲਗਾਤਾਰ ਐਜੀਟੇਸ਼ਨ ਕਰਦਿਆਂ ਨੂੰ ਵੀ ਕਮ ਸੇ ਕਮ ਮੁੱਖ ਮੰਤਰੀ ਸਾਹਿਬ ਸਾਡੀ ਜਿਹੜੀ ਗੱਲ ਹੈ, ਪਹਿਲਾਂ ਉਹਨਾਂ ਨੂੰ ਇਹੀ ਨਹੀਂ ਸਮਝ ਅਸੀਂ ਮਾਣ ਪੱਤੇ ਬਾਰੇ ਨਹੀਂ ਲੜ ਰਹੇ ਹਾਂ, ਉਹ ਸਾਡੀ ਬਹੁਤ ਵੱਡੀ ਲੜਾਈ ਹੈ, ਅਸੀਂ ਲੜ ਰਹੇ ਹਾਂ ਅੱਜ ਬੱਚਿਆਂ ਦੇ ਭਵਿੱਖ ਖਾਤਰ ਜਿਹੜੀ ਪ੍ਰੀ ਨਰਸਰੀ ਹੈ, ਅਤੇ ਉਹ ਜਿਹੜੀ ਪ੍ਰੀ ਨਰਸਰੀ ਵਾਸਤੇ ਅਤੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਦੀ ਸਤੂਲਤ ਵਾਸਤੇ, ਉਹਨਾਂ ਦੀ ਖੁਰਾਕ ਵਾਸਤੇ, ਉਹਨਾਂ ਨੂੰ ਐਕਟੀਵਿਟੀਆਂ ਰਾਹੀਂ ਅਸੀਂ ਖੇਡਾਂ ਰਾਹੀਂ ਉਹਨਾਂ ਨੂੰ ਤਿਆਰ ਕਰਕੇ ਪ੍ਰਾਇਮਰੀ ਸਕੂਲਾਂ 'ਚ ਭੇਜਦੇ ਹਾਂ। ਸਾਡੀ ਲੜਾਈ ਉਹਨਾਂ ਦੇ ਭਵਿੱਖ ਵਾਸਤੇ, ਅੱਜ ਛੋਟੇ ਛੋਟੇ ਬੱਚਿਆਂ ਨਾਲ ਖਿਲਵਾੜ ਨਹੀਂ ਹੋਣ ਦੇਣਾ, ਅੱਜ ਸਾਡੀ ਲੜਾਈ ਹੈ ਗਰਭਵਤੀ ਔਰਤਾਂ ਦੀ, ਅੱਜ ਸਾਡੀ ਲੜਾਈ ਹੈ ਨਰਸਿੰਗ ਮਾਵਾਂ ਦੀ, ਅਸੀਂ ਉਹਨਾਂ ਵਾਸਤੇ ਲੜ ਰਹੇ ਹਾਂ। ਅਤੇ ਨਾਲ ਵੀ ਮੁੱਖ ਮੰਤਰੀ ਸਾਹਿਬ ਨੇ ਕੱਲ੍ਹ ਜਿਹੜਾ ਬਿਆਨ ਦਿੱਤਾ ਹੈ ਵੀ ਇਹ ਆਂਗਣਵਾੜੀ ਵਰਕਰ ਹੈ ਜਿਹੜੀਆਂ ਨੇ ਇਹ ਕੱਚੀਆਂ ਨੇ, ਪਹਿਲੀ ਗੱਲ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਚਾਹੁੰਦੀ ਹਾਂ, ਅਸੀਂ ਸੋਸ਼ਲ ਵਰਕਰ ਹੈ, ਅਜੇ ਤੱਕ ਸਾਨੂੰ ਕੱਚੇ ਮੁਲਾਜ਼ਮ ਵੀ ਨਹੀਂ ਸਰਕਾਰ ਨੇ ਮੰਨਿਆ। ਸਾਡੀ ਅਸੀਂ ਇਹ ਵੀ ਸਾਡੀ ਜਿਹੜੀ ਮੰਗ ਹੈ ਪ੍ਰੀ ਨਰਸਰੀ ਆ ਵੀ ਉਹ ਜਿਹੜਾ ਸੈਂਟਰ ਦਾ ਫੈਸਲਾ ਵੀ ਦੋਨੇ ਡਿਪਾਰਟਮੈਂਟ ਬੈਠ ਕੇ ਇਸ ਫੈਸਲੇ ਨੂੰ ਵੀ ਆਂਗਣਵਾੜੀ ਵਰਕਰ ਅਤੇ ਜਿਹੜੀ ਆ ਅਤੇ ਪ੍ਰੀ ਜਿਹੜੇ ਪ੍ਰਾਇਮਰੀ ਸਕੂਲਾਂ ਉਹਨਾਂ ਨੂੰ ਅਟੈਚ ਕਰਕੇ ਅਤੇ ਉਹਨਾਂ ਆਂਗਣਵਾੜੀ ਵਰਕਰ ਅਤੇ ਹੈਲਪਰ ਦੋਹਾਂ ਨੂੰ ਜਿਹੜਾ ਨਾਲ ਲੈ ਕੇ ਜਾਇਆ ਜਾਵੇ। ਅਤੇ ਕਿਸੇ ਵੀ ਜਿਹੜੇ ਹੁਣ 14 ਅਤੇ ਜਿਹੜੀ ਆਪਣੀ 14 ਤਰੀਕ ਨੂੰ ਸਿੱਖਿਆ ਮੰਤਰੀ ਸਾਹਿਬ ਨੇ ਜਿਹੜਾ ਆਪਣੇ ਉਦਘਾਟਨ ਕੀਤਾ ਉਹਦੇ ਵਿੱਚ ਬਕਾਇਦਾ ਕ੍ਰਿਸ਼ਨ ਕੁਮਾਰ ਜੀ ਮੰਨ ਕੇ ਆਏ ਨੇ ਵੀ ਅਸੀਂ ਆਂਗਣਵਾੜੀ ਵਰਕਰਾਂ ਦੀ ਉੱਥੇ ਪ੍ਰੀ ਨਰਸਰੀ ਖੋਲ੍ਹਾਂਗੇ। ਪਰ ਜਦੋਂ ਉਦਘਾਟਨ ਸਿੱਖਿਆ ਮੰਤਰੀ ਕ੍ਰਿਸ਼ਨ ਕੁਮਾਰ ਜੀ ਵੀ ਸੈਕਟਰੀ ਸਾਹਿਬ ਉੱਥੇ ਸੀਗੇ, ਉੱਥੇ ਸਾਡਾ ਆਂਗਣਵਾੜੀ ਸੈਂਟਰ ਹੀ ਨਹੀਂ ਹੈਗਾ। ਅਤੇ ਇੱਥੇ ਗੁੰਮਰਾਹ ਕੀਤਾ ਜਾਂਦਾ ਸਰ ਵੀ ਸਾਰੇ ਲੋਕਾਂ ਨੂੰ ਵੀ ਅਤੇ ਵੀ ਆਂਗਣਵਾੜੀ ਵਰਕਰਾਂ ਜਿਹੜੀਆਂ ਵੀ ਅਸੀਂ ਉਹਨਾਂ ਨਾਲ ਲੈ ਕੇ ਜਾ ਰਹੇ ਹਾਂ। ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕ੍ਰਿਸ਼ਨ ਕੁਮਾਰ ਜੀ ਨੇ 30 ਤਰੀਕ ਦੀ ਮੀਟਿੰਗ ਹੋਈ, 30 ਤਰੀਕ ਦੀ ਮੀਟਿੰਗ ਦੇ ਵਿੱਚ ਕਿਹਾ ਵੀ ਸਰ ਤੁਸੀਂ ਇਹ ਜਿਹੜੀ ਐਟ ਏ ਟਾਈਮ ਫੈਸਲਾ ਕਰ ਲਿਆ, ਜਿਹੜੇ ਇੱਕ ਵੱਡੇ ਪਿੰਡ ਨੇ ਉਹਦੇ ਵਿੱਚ 15 ਜਿਹੜੇ ਸੈਂਟਰ ਨੇ, ਕੀ ਉਹ 15 ਵਰਕਰਾਂ 15 ਹੈਲਪਰਾਂ ਨੂੰ ਤੁਸੀਂ ਪ੍ਰਾਇਮਰੀ ਸਕੂਲਾਂ 'ਚ ਲੈ ਕੇ ਜਾਏਂਗੇ? ਜਦੋਂ ਕਿ 800 ਸਕੂਲ ਪਹਿਲਾਂ ਹੀ ਜਿਹੜੇ ਤੁਸੀਂ 800 ਸਕੂਲ ਤੁਸੀਂ ਬੰਦ ਕਰਨ ਜਾ ਰਹੇ ਹੋ, ਉਹਨਾਂ ਵਾਸਤੇ ਤਾਂ ਤੁਸੀਂ ਕੋਈ ਤੁਹਾਡੇ ਸਕੂਲਾਂ ਦੇ ਵਿੱਚ ਪ੍ਰਬੰਧ ਕੋਈ ਨਹੀਂ। ਕੱਲ੍ਹ ਦਾ ਇੱਕ ਮੈਸੇਜ ਜਿਹੜਾ ਤੁਹਾਡਾ ਵਾਇਰਲ ਹੋ ਗਿਆ ਵੀ ਅਸੈਂਬਲੀ ਦਾ ਤੁਸੀਂ ਘਰਾਓ ਕਰਨਾ ਕਿ ਇੱਦਾਂ ਦਾ ਪ੍ਰੋਗਰਾਮ ਨਹੀਂ, ਸਾਡਾ ਜਿਹੜਾ 30 ਤਰੀਕ ਤੱਕ ਸਾਡਾ ਜਿਹੜਾ ਐਜੀਟੇਸ਼ਨ ਹੈ, ਜਿਹੜੇ ਹਰ ਇੱਕ ਮੰਤਰੀਆਂ ਦੀ ਕੈਬਨਿਟ ਮੰਤਰੀ ਰਾਜ ਮੰਤਰੀਆਂ ਦੀ ਕੋਠੀ ਮੁਹਰੇ ਐਜੀਟੇਸ਼ਨ ਹੈ। 30 ਤਰੀਕ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਤੁਰੰਤ ਇਸ ਤੋਂ ਵੀ ਤਿੱਖਾ ਜਿਹੜਾ ਸੰਘਰਸ਼ ਕਰਾਂਗੇ। ਉਹਨਾਂ ਚਿਰ ਜਿੰਨਾ ਚਿਰ ਅਸੀਂ ਉਹਨਾਂ ਬੱਚਿਆਂ ਨੂੰ ਉਹਨਾਂ ਗਰਭਵਤੀ ਔਰਤਾਂ ਨੂੰ ਮਾਵਾਂ ਨੂੰ ਬਚਾ ਨਹੀਂ ਲੈਂਦੇ, ਉਹਨਾਂ ਦੇ ਭਵਿੱਖ ਦਾ ਜਿਹੜਾ ਬਹੁਤ ਵੱਡਾ ਉਹਨਾਂ 'ਤੇ ਜਿਹੜਾ ਬੋਝ ਪੈ ਰਿਹਾ, ਅਸੀਂ ਉਸ ਨੂੰ ਉਹਨਾਂ ਚਿਰ ਅਸੀਂ ਸਾਡਾ ਸੰਘਰਸ਼ ਜਾਰੀ ਰਹੇ।